ਦੋਸਤੋ ਆਹ ਦੇਖੋ ਪੰਜਾਬੀ ਮੁੰਡਿਆਂ ਦੇ ਗੰਦੇ ਕਰਤੂਤ। ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਗਏ ਹਨ ਅਤੇ ਵੀਡੀਓ ਕੈਨੇਡਾ ਦੀ ਸਰੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਗੱਡੀ 4-5 ਲੋਟਣੀਆਂ ਖਾ ਜਾਂਦੀ ਆ ਅਤੇ ਉੱਥੇ ਹੀ ਪੰਜਾਬੀ ਮੁੰਡੇ ਇਸ ਦੇ ਵਿੱਚ ਹੁੰਦੇ ਹਨ ਅਤੇ ਜੋ ਕਿ ਸਨੈਪਚੈਟ ਵੀਡੀਓ ਬਣਾ ਰਹੇ ਹੁੰਦੇ ਨੇ। ਅਤੇ ਬਾਕੀ ਦੋਸਤੋ ਕਰਜ਼ਾ ਚੱਕ ਚੱਕ ਕੇ ਮਾਂ ਬਾਪ ਇਹਨਾਂ ਨੂੰ ਪੜ੍ਹਾਈਆਂ ਕਰਨ ਦੇ ਲਈ ਵਿਦੇਸ਼ਾਂ ਦੇ ਵਿੱਚ ਭੇਜਦੇ ਹਨ ਅਤੇ ਉੱਥੇ ਜਾ ਕੇ ਅਜਿਹੀਆਂ ਇਹ ਹੁੱਲੜਬਾਜ਼ੀਆਂ ਕਰਦੇ ਨੇ, ਜਿਸ ਤੋਂ ਬਾਅਦ ਬੜਾ ਹੀ ਦੁਖੀ ਹੁੰਦਾ ਹੈ। ਅਤੇ ਬਾਕੀ ਦੋਸਤੋ ਫਿਰ ਬੋਡੀ ਮੰਗਵਾਉਣ ਦੇ ਲਈ ਜੋ ਕਿ ਗੋ ਫੰਡ ਅਰੇਂਜ ਕਰਨੇ ਪੈਂਦੇ ਨੇ ਅਤੇ ਉੱਥੇ ਹੀ ਦੋਸਤੋ ਜੋ ਪੰਜਾਬੀ ਜੋ ਕਮਿਊਨਿਟੀ ਵੀ ਬਦਨਾਮ ਹੁੰਦੀ ਹੈ। ਬਾਕੀ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ, ਜੋ ਇਹਨਾਂ ਮੁੰਡੇ ਨੇ ਇਹ ਗੰਦੀ ਹਰਕਤ ਕੀਤੀ ਹੈ ਤਾਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ। ਜੁੜੇ ਦਿੰਦੇ ਹੋਰ ਵੀਡੀਓ ਦੇਖਣੀ ਸਾਡੇ ਚੈਨਲ ਦੇ ਨਾਲ। ਦਿਓ ਇਜਾਜ਼ਤ, ਰੱਬ ਰਾਖਾ।